21-2020 ਨੂੰ SHO ਤਿੱਬਣ ਨੂੰ ਇਨਫੋਰਮੇਸ਼ਨ ਮਿਲੀ ਕਿ ਅਰੀਨਾ ਇਨਕਲੇਵ ਦੇ ਵਿੱਚ ਸਰ ਅਮਰੀਕ ਸਿੰਘ ਸਨੋ ਪਿਆਰਾ ਸਿੰਘ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਹੈ ਚੋਰੀ ਹੋ ਗਈ ਹੈ। ਕਰੀਬ 1:30-2 ਵਜੇ ਇਨਫੋਰਮੇਸ਼ਨ ਮਿਲੀ ਸੀਗੀ। ਉੱਥੇ ਜਾ ਕੇ ਅਤੇ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਗਏ, ਜਿਨ੍ਹਾਂ ਨੇ ਦੱਸਿਆ ਵੀ ਕਰੀਬ 5 ਤੋਲੇ ਸੋਨਾ ਅਤੇ 10,000 ਰੁਪਏ ਜਿਹੜਾ ਨਗਦ ਉਹ ਚੋਰੀ ਹੋ ਗਿਆ, ਜਿਸ 'ਚ 2 ਚੂੜੀਆਂ ਸੀਗੀਆਂ 2-2 ਤੋਲੇ ਦੀਆਂ ਅਤੇ 2 ਲੇਡੀਜ਼ ਰਿੰਗ ਸੀਗੀਆਂ ਕੋਈ 1.5 ਤੋਲੇ ਦੀਆਂ। ਇਹ ਫਿਰ ਜਿਹੜਾ ਸਾਰੀ ਉਹਨਾਂ ਨੇ ਆਪਣਾ FIR ਲਾਂਚ ਕਰਕੇ 6 ਨੰਬਰ FIR ਲਾਂਚ ਕਰਕੇ ਅਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਉਹਨੂੰ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਨੂੰ ਕਰਦੇ ਹੋਏ ਇਹ 'ਚ ਜਿਹੜੇ ਆ ਦੋਸ਼ੀ ਇੱਕ ਮਨੀ ਜਿਹੜਾ ਨਾਂ ਦਾ ਜਿਹੜਾ ਦੋਸ਼ੀ ਫਿਗਰ ਹੋਇਆ ਉਹਨੂੰ ਮਨੀ ਨੂੰ ਜਿਹੜਾ ਹੈਗਾ ਟਰੇਸ ਕਰਕੇ ਅਤੇ ਉਹਨੂੰ ਅੱਗੇ ਪੁੱਛਗਿੱਛ ਕੀਤੀ ਗਈ, ਜਿਹਨੇ ਹੋਰ ਅੱਗੇ ਜਿਹੜੇ ਆਪਣੇ 5 ਜਿਹੜੇ ਉਹਦੀ ਮਦਰ ਸਿਸਟਰ ਅਤੇ ਨਾਲ ਉਹਦਾ ਇੱਕ ਹੋਰ ਬ੍ਰਦਰ ਅਤੇ ਜੀਜਾ ਜਿਹੜਾ ਉਹਨਾਂ ਦੀ ਇਨਵੋਲਵਮੈਂਟ ਵੀ ਨਾਲ ਸਾਰਿਆਂ ਦੀ ਆਈ ਹੈ ਸਟੋਰੀ 'ਚ। ਇਹ ਸਾਰੇ ਹੀ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਗਏ ਆ ਅਤੇ ਇਹਨਾਂ ਦੇ ਕੋਲੋਂ ਜਿਹੜਾ ਟੋਟਲ ਮਾਲ ਜਿਹੜਾ ਸੀਗਾ ਚੋਰੀ ਸ਼ੁਦਾ ਬਰਾਮਦ ਕਰਕੇ ਅਤੇ ਇਹ ਜਿਹੜਾ ਹੈਗਾ ਵਾ ਵਿਕਟਮ ਜਿਹੜਾ ਉਹਨਾਂ ਦੇ ਹਵਾਲੇ ਅੱਜ ਤੁਹਾਡੇ ਰੂਬਰੂ ਸਾਰਿਆਂ ਦੇ ਹਵਾਲੇ ਕਰ ਦਿੱਤਾ ਉਹਨਾਂ ਦੇ, ਔਰ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਅਦਾਲਤ 'ਚ ਦੋਸ਼ੀਆਂ ਨੂੰ, ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਤੇ ਹੋਰ ਗਹਿਣਤਾ ਨਾਲ ਪੁੱਛਗਿੱਛ ਕਰਾਂਗੇ ਜਿੱਥੋਂ ਸਾਨੂੰ ਲੱਗਦਾ ਵੀ ਹੋਰ ਵੀ ਕੋਈ ਵੱਡੇ ਖੁਲਾਸੇ ਹੋਣਗੇ। ਇਹ ਗੁਰਦਾਸਪੁਰ ਦੇ ਵਿੱਚ ਅਕਨਵਾਨ ਰੋਡ ਦੇ ਉੱਪਰ ਜਿਹੜੇ ਝੁੱਗੀਆਂ ਨੇ ਜੀ, ਉਸ ਝੁੱਗੀਆਂ ਦੇ ਵਿੱਚ ਰਹਿੰਦੇ ਨੇ, ਇਸਲਾਮਾਬਾਦ ਦੀ ਬੈਕ ਸਾਈਡ ਦੇ ਉੱਤੇ ਜਿਹੜੇ ਝੁੱਗੀਆਂ ਉਹਨਾਂ ਝੁੱਗੀਆਂ 'ਚ ਰਹਿੰਦੇ ਆ ਟੈਂਪਰੇਰੀ ਤੌਰ 'ਤੇ। ਮਰਾਸੀ ਕੀ ਕੰਮ ਕਰਦੇ ਨੇ? ਇਹ ਮਰਾਸੀ ਬਰਾਦਰੀ ਨੂੰ ਬਿਲੋਂਗ ਕਰਦੇ ਆ ਜੀ। ਵੈਸੇ ਤਾਂ ਇਹ ਸ਼ੋਅ ਕਰਦੇ ਆ ਵੀ ਅਸੀਂ ਜਿਹੜਾ ਵਾ ਕਬਾੜ ਦਾ ਕੰਮ ਕਰਦੇ ਹਾਂ, ਦੂਜਾ ਕਰਦੇ ਹਾਂ, ਬਟ ਅਸਲ ਧੰਦਾ ਇਹਨਾਂ ਦਾ ਇਹੋ ਹੀ ਹੈ। ਇਹਨਾਂ 'ਤੇ ਆਲਰੇਡੀ 4 ਜਿਹੜੇ ਕੇਸ ਜਿਹੜੇ ਆ ਵੱਖ ਵੱਖ ਥਾਣਿਆਂ 'ਚ ਅੰਮ੍ਰਿਤਸਰ ਦੇ ਜਿਹੜੇ ਆ 4 ਕੇਸ ਜਿਹੜੇ ਉੱਥੇ ਦਰਜ ਹੋਏ ਨੇ, ਸੀ ਡਿਵੀਜ਼ਨ ਦੇ ਵਿੱਚ, ਡੀ ਡਿਵੀਜ਼ਨ ਤਰਨ ਤਾਰਨ ਸਿਟੀ ਅਤੇ ਗੇਟ ਹਕੀਮਾ ਜਿਹੜੇ ਆ ਆਲਰੇਡੀ ਇਹਨਾਂ 'ਤੇ ਕੇਸ ਜਿਹੜੇ ਚੋਰੀ ਦੇ ਰਜਿਸਟਰਡ ਨੇ ਉੱਥੇ ਅਜੇ ਤੱਕ ਜਿਹੜੀਆਂ ਨੇ ਸਾਨੂੰ ਅਸੀਂ ਜਿਹੜੀਆਂ ਪਤਾ ਕਰ ਸਕੇ ਹਾਂ ਉਹਦੇ 'ਚ ਇੱਕ ਥਾਣਾ ਗੇਟ ਹਕੀਮਾ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਸੀ, ਉੱਥੇ ਵੀ ਇਹਨਾਂ ਦੇ ਖਿਲਾਫ ਜਿਹੜਾ ਵਾ 113 ਨੰਬਰ ਮੁਕੱਦਮਾ ਸੰਨ 2014 ਦਾ ਜਿਹੜਾ ਰਜਿਸਟਰਡ ਹੈ, ਇੱਕ ਸਿਟੀ ਤਰਨ ਤਾਰਨ ਦੇ ਵਿੱਚ 36 ਨੰਬਰ ਮੁਕੱਦਮਾ ਹੈਗਾ ਜੀ 2016 ਦਾ, ਉਹ ਰਜਿਸਟਰਡ ਹੈ, ਅਤੇ ਇੱਕ 16 ਨੰਬਰ ਮੁਕੱਦਮਾ ਜਿਹੜਾ ਹੈ 2018 ਦਾ, ਇਹ ਡੀ ਡਿਵੀਜ਼ਨ ਅੰਮ੍ਰਿਤਸਰ ਜਿਹੜਾ ਰਜਿਸਟਰਡ ਹੈ। ਇਸ ਤੋਂ ਇਲਾਵਾ